Right now we're on set. You get me? We're chilling on set, bro. Anji. Yes, sir. Kirda ji. What's happening, Kirda? Fresh. On set. You know what I'm saying, cuz? We got Sandy. You don't know. ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਪੰਜਾਬੀ ਸਿੰਗਰ ਤੇ ਪੰਜਾਬ ਦੀਆਂ ਦੋ ਤਿੰਨ ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਸਿੱਧੂ ਮੂਸੇਵਾਲਾ, ਕਰਨ ਔਜਲਾ, ਤਾਨੀਆ, ਗਿੱਪੀ ਗਰੇਵਾਲ, ਸੋਨੀਆ ਮਾਨ, ਅੰਮ੍ਰਿਤ ਮਾਨ ਤੇ ਦੋਸਤੋ ਹੋਰਨਾਂ ਸਟਾਰਾਂ ਦਾ ਆਪਾਂ ਵਾਰੋ ਵਾਰੀ ਜ਼ਿਕਰ ਕਰਾਂਗੇ। ਦੋਸਤੋ, ਸੋਸ਼ਲ ਮੀਡੀਆ ਤੇ ਤਾਂ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ ਸਿੱਧੂ ਮੂਸੇਵਾਲੇ ਦੀ ਐਲਬਮ। ਹੌਟ ਟੌਪਿਕ ਹੈ ਦੋਸਤੋ, ਸੋਸ਼ਲ ਮੀਡੀਆ ਤੇ ਟ੍ਰੈਂਡਿੰਗ ਵਿੱਚ ਵੀ ਚੱਲ ਰਿਹਾ ਹੈ ਨਿਊਜ਼ ਦੀਆਂ। ਤੇ ਦੋਸਤੋ, ਸਿੱਧੂ ਮੂਸੇਵਾਲੇ ਦੀਆਂ ਸ਼ੂਟਿੰਗ ਦੀਆਂ ਕੁਝ ਕਲਿੱਪਸ ਸਾਹਮਣੇ ਆ ਰਹੀਆਂ ਹਨ। ਤੇ ਦੋਸਤੋ, ਮਿਸਟਰ ਮੌਰਿਸਨ ਲੰਡਨ ਦਾ ਬਹੁਤ ਵੱਡਾ ਰੈਪਰ, ਜਿਸ ਨਾਲ ਕਿ ਸਿੱਧੂ ਮੂਸੇਵਾਲੇ ਦਾ ਜੱਟ ਪੂਰਾ ਕੈਮ ਗਾਣਾ ਆਉਣਾ ਹੈ, ਉਹ ਸਿੱਧੂ ਮੂਸੇਵਾਲੇ ਨਾਲ ਦਿਖਾਈ ਦੇ ਰਿਹਾ ਹੈ। ਪਰ ਦੋਸਤੋ, ਜੋ ਇਸ ਨਾਲ ਦੂਜਾ ਤੱਥ ਮਿਟ ਰਿਹਾ ਹੈ ਉਹ ਇਹ ਹੈ ਕਿ ਇਦਾਂ ਲੱਗ ਰਿਹਾ ਹੈ ਇਸ ਦੀ ਸ਼ੂਟਿੰਗ ਤੋਂ ਕਿ ਕੈਲਾਬੂਸ ਜੇਲ ਗਾਣਾ ਸਿੱਧੂ ਮੂਸੇਵਾਲਾ ਇੱਥੇ ਸ਼ੂਟ ਕਰ ਰਿਹਾ ਹੈ। ਪਰ ਦੋਸਤੋ, ਨਾਲ ਸਿੱਧੂ ਮੂਸੇਵਾਲੇ ਦੇ ਮਿਸਟਰ ਮੌਰਿਸਨ ਹੈ ਤੇ ਉਹ ਗਾਣਾ ਆਉਣਾ ਹੈ ਜੱਟ ਪੂਰਾ ਕੈਮ। ਸੋ ਦੋਸਤੋ, ਹੋ ਵੀ ਸਕਦਾ ਹੈ ਕਿ ਦੋਨਾਂ ਗਾਣਿਆਂ ਦੀਆਂ ਹੀ ਸ਼ੂਟਿੰਗਾਂ ਹੋ ਰਹੀਆਂ ਹੋਣ। ਸੋ ਦੋਸਤੋ, ਇਸ ਵਾਰ ਵੀ ਫੈਨਾਂ ਦੇ ਮਨਾਂ ਵਿੱਚ ਥੋੜੀ ਜਿਹੀ ਕਨਫਿਊਜ਼ਨ ਹੈ ਤੇ ਇੱਥੋਂ ਤੱਕ ਕਿ ਸਟੀਲ ਬੈਂਗਲਸ ਉਹ ਵੀ ਸਿੱਧੂ ਮੂਸੇਵਾਲੇ ਨਾਲ ਇੱਥੇ ਨਜ਼ਰ ਆ ਰਿਹਾ ਹੈ। ਸੋ ਦੋਸਤੋ, ਲਗਭਗ ਸਾਰੇ ਹੀ ਗਾਣੇ ਆਪਾਂ ਕਹਿ ਸਕਦੇ ਹਾਂ ਕਿ ਹਲੇ ਸਿੱਧੂ ਮੂਸੇਵਾਲੇ ਦੇ ਸ਼ੂਟ ਹੋਣੇ ਹਨ। ਤੇ ਦੋਸਤੋ, ਇੱਥੇ ਹੁਣ ਅਸੀਂ ਸੁੱਖ ਸੰਗੇੜੇ ਦਾ ਜ਼ਿਕਰ ਕਰਨਾ ਚਾਹਾਂਗੇ। ਸਿੱਧੂ ਮੂਸੇਵਾਲੇ ਦੀ ਐਲਬਮ ਦਾ ਉਹੀ ਜ਼ਿਆਦਾਤਰ ਗਾਣਿਆਂ ਦਾ ਸ਼ੂਟ ਕਰ ਰਿਹਾ ਹੈ ਤੇ ਦੋਸਤੋ, ਉਸਨੇ ਇੰਟਰਡਿਊਸ ਕਰਵਾਇਆ ਹੈ ਤਾਨੀਆ ਵਰਜ਼ੀ ਨੂੰ। ਤੇ ਦੋਸਤੋ, ਉਸਨੇ ਇਹ ਵੀ ਕਿਹਾ ਕਿ ਮੈਨੂੰ ਵੀ ਨਹੀਂ ਸੀ ਪਤਾ ਕਿ ਤੁਸੀਂ ਸਿੱਧੂ ਮੂਸੇਵਾਲੇ ਦੇ ਗਾਣੇ ਵਿੱਚ ਨਜ਼ਰ ਆਉਣ ਵਾਲੇ ਹੋ। ਤੇ ਦੋਸਤੋ, ਉਸਨੇ ਇੱਕ ਲਾਈਵ ਕਲਿੱਪ ਵੀ ਦਿਖਾਈ ਤੇ ਇੱਥੇ ਉਸਨੇ ਜ਼ਿਕਰ ਕੀਤਾ ਜੋ ਤਾਨੀਆ ਜੀ ਦਾ ਕਰਨ ਔਜਲੇ ਨਾਲ ਗਾਣਾ ਆਇਆ ਹੈ, ਕਿਆ ਬਾਤ ਹੈ। ਉਸ ਗਾਣੇ ਦੇ ਵੀ ਦੋਸਤੋ ਕਾਫੀ ਚੰਗੇ ਵਿਊਜ਼ ਆਏ ਸਨ। ਪਰ ਉਸ ਗਾਣੇ ਤੋਂ ਇਲਾਵਾ ਤਾਨੀਆ ਜੀ ਕਈ ਪੰਜਾਬੀ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਸੁਪਰਹਿੱਟ ਫਿਲਮਾਂ ਤਾਨੀਆ ਜੀ ਨੇ ਪੰਜਾਬੀ ਸਿਮਾ ਜੀ ਨੂੰ ਦਿੱਤੀਆਂ ਨੇ। ਟਟਾ ਕਿਸਕੇ ਸ਼ੂਜ਼ ਹੈ ਯਹਾਂ ਪਰ ਹਮਾਰੇ ਤਾਨੀਆ, ਥੈਂਕ ਯੂ ਸੋ ਮਚ ਤਾਨੀਆ, ਸਾਡੇ ਸੈੱਟ ਤੇ ਆਏ, ਸਾਨੂੰ ਸਰਪ੍ਰਾਈਜ਼ ਵੀ ਦਿੱਤਾ, ਥੈਂਕ ਯੂ ਸੋ ਮਚ। ਅਸੀਂ ਗੱਲ ਕਰ ਰਹੇ ਸੀਗੇ, ਕਿਆ ਬਾਤ ਹੈ ਜੀ, ਬਹੁਤ ਵਧੀਆ ਰਿਹਾ, ਥੈਂਕ ਯੂ ਸੋ ਮਚ ਤਾਨੀਆ, ਐਂਡ ਗੁੱਡ ਲੱਕ ਫੋਰ ਦਾ ਸ਼ੂਟ, ਕੱਲ੍ਹ ਨੂੰ ਤੁਹਾਡਾ ਸ਼ੂਟ, ਐਂਡ ਸਾਡੇ ਸੁਮਿਤ ਭਾਜੀ, ਥੈਂਕ ਯੂ। ਸਿੱਧੂ ਮੂਸੇਵਾਲੇ ਦੇ ਨਾਲ ਹਾਲਾਂਕਿ ਦੋਸਤੋ, ਤਾਨੀਆ ਜੀ ਨੇ ਸਿੱਧੂ ਮੂਸੇਵਾਲੇ ਦਾ ਜ਼ਿਕਰ ਨਹੀਂ ਕੀਤਾ। ਉਸਨੇ ਸਿਰਫ ਇੱਕ ਪੋਸਟ ਪਾਈ ਸੀ ਜਿਸ ਵਿੱਚ ਉਹ ਇਹ ਕਹਿ ਰਹੀ ਸੀ ਕਿ ਉਹ ਕਾਫੀ ਲੰਬੇ ਸਮੇਂ ਤੋਂ ਇੱਕ ਵਾਰ ਫਿਰ ਟਰੈਵਲ ਕਰਨ ਵਾਲੀ ਹੈ। ਪਰ ਦੋਸਤੋ, ਤਾਨੀਆ ਜੀ ਨੇ ਇਹ ਜ਼ਿਕਰ ਨਹੀਂ ਸੀ ਕੀਤਾ ਕਿ ਮੈਂ ਸਿੱਧੂ ਮੂਸੇਵਾਲੇ ਨਾਲ ਸ਼ੂਟਿੰਗ ਕਰਨ ਲਈ ਲੰਡਨ ਲਈ ਜਾ ਰਹੀ ਹਾਂ। ਸੋ ਦੋਸਤੋ, ਇਹ ਪੋਸਟ ਵੀ ਕਾਫੀ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਹੈ ਤੇ ਬਾਕੀ ਤਾਨੀਆ ਜੀ ਵੀ ਸਿੱਧੂ ਮੂਸੇਵਾਲੇ ਦੀ ਫੈਨ ਹੈ, ਇਹ ਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਜਦੋਂ ਤਾਨੀਆ ਜੀ ਸਿੱਧੂ ਮੂਸੇਵਾਲੇ ਦਾ ਗਾਣਾ ਸੁਣਦੀ ਦਿਖਾਈ ਦਿੱਤੀ ਸੀ। ਤੇ ਦੋਸਤੋ, ਮੇਨ ਗੱਲ ਤਾਨੀਆ ਜੀ ਸਿੱਧੂ ਮੂਸੇਵਾਲਾ, ਕਰਨ ਔਜਲਾ ਤੇ ਦੀਪ ਜਾਂਡੂ ਇਹਨਾਂ ਤਿੰਨਾਂ ਦੇ ਹੀ ਗਾਣੇ ਸੁਣਦੀ ਹੈ। ਸਿੱਧੂ ਮੂਸੇਵਾਲੇ ਨਾਲ ਸ਼ੂਟ ਹੋ ਚੁੱਕਾ ਹੈ, ਕਰਨ ਔਜਲੇ ਨਾਲ ਗਾਣਾ ਆ ਚੁੱਕਾ ਹੈ ਤੇ ਦੋਸਤੋ, ਜਦੋਂ ਤੁਸੀਂ ਤਾਨੀਆ ਦੀ ਸਟੋਰੀ ਚੈੱਕ ਕਰੋਗੇ ਤਾਂ ਉਹ ਦੀਪ ਜਾਂਡੂ ਦਾ ਨਵਾਂ ਗਾਣਾ ਸੁਣਦੀ ਦਿਖਾਈ ਦਿੱਤੀ। ਪਰ ਬਾਕੀ ਦੋਸਤੋ, ਮੇਨ ਗੱਲ ਤਾਂ ਉਦੋਂ ਹੀ ਪਤਾ ਲੱਗੀ ਜਦੋਂ ਸੁੱਖ ਸੰਗੇੜੇ ਨੇ ਤਾਨੀਆ ਜੀ ਨਾਲ ਕਲਿੱਪ ਪਾਈ ਤੇ ਤਾਨੀਆ ਨਾਲ ਹੀ ਇਹ ਪੋਸਟ ਪਾਈ ਜਦੋਂ ਸਿੱਧੂ ਮੂਸੇਵਾਲਾ ਤੇ ਤਾਨੀਆ ਜੀ ਇਕੱਠੇ ਨਜ਼ਰ ਆ ਰਹੇ ਹਨ। ਤੇ ਦੋਸਤੋ, ਕਿਹੜਾ ਗਾਣਾ ਹੋ ਸਕਦਾ ਹੈ, ਕਿਸ ਗਾਣੇ ਦੀ ਸ਼ੂਟਿੰਗ ਹੈ, ਇਹ ਹਲੇ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਆਈ। ਪਰ ਜੋ ਆਲੇ ਦੁਆਲੇ ਦੀ ਲੋਕੇਸ਼ਨ ਹੈ ਜੇਲ੍ਹ ਵਾਲਾ, ਇੱਦਾਂ ਹੀ ਲੱਗ ਰਿਹਾ ਹੈ ਕਿ ਕੈਲਾਬੂਸ ਜਾਂ ਜੱਟ ਪੂਰਾ ਕੈਮ ਇਸ ਗਾਣੇ ਦੀ ਸ਼ੂਟਿੰਗ ਸਿੱਧੂ ਮੂਸੇਵਾਲਾ ਕਰ ਰਿਹਾ ਹੈ। ਤੇ ਦੋਸਤੋ, ਸ਼ੂਟਿੰਗਾਂ ਹੀ ਸ਼ੂਟਿੰਗਾਂ ਨੇ, ਸਟੀਲ ਬੈਂਗਲਸ ਉਹ ਵੀ ਸਿੱਧੂ ਮੂਸੇਵਾਲੇ ਦੀਆਂ ਸ਼ੂਟਿੰਗਾਂ ਤੋਂ ਹੀ ਕੁਝ ਕੁ ਕਲਿੱਪਸ ਪਾ ਰਿਹਾ ਹੈ। ਦੋਸਤੋ, ਸਟੀਲ ਬੈਂਗਲਸ ਵੀ ਸਿੱਧੂ ਮੂਸੇਵਾਲੇ ਦੇ ਦੋ ਗਾਣਿਆਂ ਦਾ ਮਿਊਜ਼ਿਕ ਦੇ ਰਿਹਾ ਹੈ। ਤੇ ਦੋਸਤੋ, ਜਿਵੇਂ ਕਿ ਸਿੱਧੂ ਮੂਸੇਵਾਲਾ ਆਪਣੇ ਮਿਊਜ਼ਿਕ ਪ੍ਰੋਡਿਊਸਰ ਵੀਡੀਓ ਡਾਇਰੈਕਟਰ ਨੂੰ ਵੀ ਆਪਣੀ ਵੀਡੀਓ ਵਿੱਚ ਲੈ ਕੇ ਹੀ ਆਉਂਦਾ ਹੈ, ਉਸੇ ਤਰ੍ਹਾਂ ਹੀ ਸਟੀਲ ਬੈਂਗਲਸ ਵੀ ਸਿੱਧੂ ਮੂਸੇਵਾਲੇ ਨਾਲ ਗਾਣੇ ਵਿੱਚ ਨਜ਼ਰ ਆਵੇਗਾ। ਤੇ ਦੋਸਤੋ, ਰਹੀ ਗੱਲ ਕਿੱਡ ਦੀ, ਜਿਸ ਨੇ ਕਿ ਸਿੱਧੂ ਮੂਸੇਵਾਲੇ ਦੇ ਜ਼ਿਆਦਾਤਰ ਗਾਣਿਆਂ ਦਾ ਮਿਊਜ਼ਿਕ ਦਿੱਤਾ ਹੈ, ਉਹ ਵੀ ਸਿੱਧੂ ਮੂਸੇਵਾਲੇ ਨਾਲ ਸ਼ੂਟਿੰਗ ਵੇਲੇ ਹੀ ਦਿਖਾਈ ਦਿੱਤਾ ਤੇ ਉਹ ਵੀ ਸਿੱਧੂ ਦੇ ਗਾਣਿਆਂ ਵਿੱਚ ਦਿਖਾਈ ਦੇਵੇਗਾ। ਤੇ ਦੋਸਤੋ, ਸ਼ੂਟਿੰਗਾਂ ਹੀ ਸ਼ੂਟਿੰਗਾਂ ਹੋ ਰਹੀਆਂ ਨੇ, ਹੋਰ ਤਾਂ ਕੋਈ ਜ਼ਿਆਦਾ ਜ਼ਿਕਰ ਨਹੀਂ ਹੋਇਆ। ਸਿੱਧੂ ਮੂਸੇਵਾਲੇ ਨੇ ਸਿਰਫ ਇੰਨੀ ਹੀ ਗੱਲ ਕਹੀ ਕਿ ਮੇਰੀ ਐਲਬਮ ਇਤਿਹਾਸ ਬਣਾਵੇਗੀ ਤੇ ਲੋਕ ਯਾਦ ਰੱਖਣਗੇ ਇਸ ਐਲਬਮ ਨੂੰ। ਤੇ ਦੋਸਤੋ, ਇੱਕ ਹੋਰ ਫੈਨਾਂ ਦੇ ਮਨਾਂ ਵਿੱਚ ਬੜੀ ਹੀ ਉਤਸੁਕਤਾ ਵੱਧ ਰਹੀ ਹੈ ਕਿ ਆਖਰ ਇਹ ਐਲਬਮ ਆਉਣੀ ਕਦੋਂ ਹੈ। ਸਿੱਧੂ ਮੂਸੇਵਾਲਾ ਰਿਲੀਜ਼ਿੰਗ ਡੇਟ ਨਹੀਂ ਦੱਸ ਰਿਹਾ ਤੇ ਨਾ ਹੀ ਸਿੱਧੂ ਮੂਸੇਵਾਲੇ ਦਾ ਕੋਈ ਦੋਸਤ।
पर दोस्तों इसे बाबत ही तुहानू एक जानकारी देना चाहते हाँ कि कल सुख संघेड़ा लाइव आया सी ते जिस दौरान दोस्तों उसने ये गल कही सी कि हले तो शूटिंग का दूजा तीजा ही दिन है, 10 दिन हले होर शूटिंग होनी है। तो दोस्तों 10 दिन ही सिद्धू मूसेवाले के गाणे के शूट होने हैं, काफ़ी गाने दोस्तों एल्बम के हले शूट करने वाले रहिंदे ने। यह गल सुख संघेड़ा ते उसके दोस्त मित्र दस रहे हैं। तो इतों तक कि सुख संघेड़ा ने यह गल भी कह दी कि आप इसे महीने सिद्धू मूसेवाले की एल्बम तो आस नहीं लगा सकते, 10 दिन तक दोस्तों शूटिंगा ही चलनिया ने। स्टील बेंगल्स मिस्टर मॉरिसन वो भी दोस्तों इसी ही संबंधित सिद्धू मूसेवाले ही संबंधित पोस्ट अपने सोशल मीडिया अकाउंट से शेयर कर रहे हैं। तो दोस्तों एक खबर भी सामने आई है कि जो सिद्धू मूसेवाले का सोनू वाजबाजी गाना आना है गू कॉल, उसकी भी हले शूटिंग करने वाली रहती है, जिस करके दोस्तों सोनू वाजबाजी ने इस गाने का पोस्टर शेयर नहीं किया। तानिया जी नाल केड़ा गाना है ये तो हले नहीं पता, पर सोनू वाजबाजी वाले गाने की भी हले शूटिंग रहती है। पर दोस्तों फैना तो कितने वेट हो रही है, वो सिद्धू मूसेवाले के म्यूजिक डायरैक्टर वीडियो डायरैक्टर किड सुख संघेड़ा इन्होंने सारे ही मैसेज करके ये कह रहे हैं कि सानू एक डेट दे दो ऑफिशियल, साढ़े तो हम वेट नहीं हो रही। तो दोस्तों प्रीत औजला जिस नाल सिद्धू मूसेवाला एक गाना पहला शूट कर चुका है दुबई में, किड ने प्रीत औजला जी नाल एक पिक भी शेयर की है। तो दोस्तों ये भी सिद्धू मूसेवाले नाल गाने विच नजर आने वाली है। तो दोस्तों एक होर फैना के मन में बड़ा ही डाउट चल रहा है कि आखिर इस एल्बम में सिद्धू मूसेवाले ने गाने किन्ने ऐड किए हैं। 28वें गाने का दोस्तों पोस्टर आ गया, जबकि जो सिद्धू मूसेवाले ने एल्बम का पहला पोस्टर पाया तो उतों इदा लग रहा है कि 25 ट्रैक होंगे इस एल्बम च, 26, 27, 28 ये इदा किमें ट्रैक बढ़ गए। तो दोस्तों इदा कहा जा रहा है कि सिद्धू मूसेवाला अपनी एल्बम 30 तो ज्यादा गाने ऐड करने वाला है। कोई दोस्तों पुख्ता जानकारी नहीं, कुछ दोस्त मित्र ये गल कह रहे हैं। तो दोस्तों जो शख्स सिद्धू मूसेवाले के गाने के पोस्टर बना रहा है, जो कैले बूस गाने का अनाउंस होया सी तो दोस्तों उसने ये गल कही सी कि ये लास्ट ट्रैक, तो दोस्तों जिस तों बाद उसने लास्ट ट्रैक गल कट दिती सी, फिर 27वें 28वें इस तों बाद इन्हां ट्रैकों का ऐलान होया सी। तो दोस्तों हुण होर कहा जा रहा है कि 1-2 होर गाने सिद्धू मूसेवाला अपनी एल्बम में ऐड करने वाला है, वर्ल्ड रिकॉर्ड बनाने वाला है, इतिहास बनाने वाला है। सो दोस्तों ये भी एक तरह का सस्पेंस ही है कि आखिर किन्ने गाने होंगे सिद्धू मूसेवाले की एल्बम में। इतों तक कि किड भी दोस्तों नहीं जानता, सिर्फ सिद्धू मूसेवाला ही जानता है। उसके मूड पर ही गल डिपेंड है कि वह आखिर यह सब कुछ कदों रिलीज करेगा, कदों इन्हों का ऐलान ऑफिशियल डेटा यह सब कुछ अनाउंस होगा। दोस्तों हम असं गिप्पी गरेवाल का जिक्र करना चाहवागे, जिसकी कि एक पोस्ट दोस्तों सोशल मीडिया से काफ़ी चर्चा का विषय है, जिस बच्चे कि दोस्तों आप कह सकते हैं कि मौजूदा सिस्टम का मखौल उड़ा रहा है। तो दोस्तों इस दे नाल ही तुहानू सोनिया मान जी की भी एक क्लिप दिखावे, पर दोस्तों ये पोस्ट दोनों ही पोस्टा सोनिया मान जी गिप्पी गरेवाल दोनों ही सोशल मीडिया से चर्चा का विषय ने। आजे पंजाब का हाल आजे पंजाब के लॉकडाउन के शराब के ठेके खुले हुए आ, वेख सकते हो सामने इन दुकाना सारिया बंद कीतिया है। ये पंजाब का डिसिपलिन आ करोना दे विच जिहड़ा कि लोगों का रोजगार बंद कर दिया, बट शराब के ठेके जिहड़े आ वो खुले आ। वाहिगुरु गाने इंटरटेनमेंट दोस्तों एक साइड पर रह गया, किसान अंदोलन जो जो अपना आले दुआले का सिस्टम है इस वल भी अपन काफ़ी ध्यान देने की लोड़ है, इदा कह रहे हैं सोनिया मान जी ते गिप्पी गरेवाल। तो दोस्तों तुसी भी इस बारे अपने विचार कमेंट बॉक्स में जरूर दस्यो। तो दोस्तों इतने किसान अंदोलन का जिक्र करने वाला रह गया है, रवि सिंह जी खालसा एड वाले लगातार दीप सिद्धू की सपोर्ट कर रहे हैं। दोस्तों दीप सिद्धू नाल की होया तुसी सारिया खबर देख ही लिया होंगे, सोशल मीडिया से गिरफ्तार करना, उस तो बाद रिहाई करना, उसको मुड़ गिरफ्तार करना, वो चार्ज उसते लगाना जिहड़े कि उसने कदे कीते ही नहीं, लाल किले नूं नुकसान पहुंचाया, इदां दे इल्जाम दोस्तों दीप सिद्धू ते लगाए गए हैं। दोस्तों बहुत सारे आर्टिस्टां ने दीप सिद्धू नाल काम किया है, जे तुसी उन्हां नाल काम किया है तां तुहानू उसकी सपोर्ट विच भी आनी चाहीदी है, जे तुसी उसकी सपोर्ट विच नहीं इहदा मतलब तुसी किसान अंदोलन की सपोर्ट नहीं कर रहे। ते दोस्तों इत्थे मेन गल यही है कि रवि सिंह जी खालसा एड उही सिर्फ दीप सिद्धू की वार बार सपोर्ट कर रहे हैं, वो किसान आगुआं नूं भी यही गल कह रहे हैं कि तुसी नौजवानां नूं पिछे ना छड्डो, अगां तो फिर इदा कोई भी नौजवान अगे आके अगवाई कर नहीं आएगा। तो दोस्तों दीप सिद्धू की सुनवाई की भी अगां तो अगां डेट ही पै रही है, तरीकां ही आ रही ने, रिहाई का हले कोई ना थे नहीं है, सिर्फ रवि सिंह जी खालसा एड वाले ही दीप सिद्धू का बार बार जिक्र कर रहे हैं। तो पंजाबी सिंगर से होर भी आर्टिस्ट ने उन्होंने भी यह कह रहे हैं कि दीप सिद्धू की तुम फुल सपोर्ट करो, तो किसान आगुआ से भी जोर पा रहे हैं कि तुम भी किसान आगू दीप सिद्धू तो लखा सदाणा ना लैके चलो, इदा ही नौजवानों में जोश आएगा, जो पुराने नौजवान टुट चुके हैं इस करके
ਉਹ ਵੀ ਤੁਹਾਡੇ ਨਾਲ ਮੁੜ ਜੁੜਨਗੇ। ਬਾਕੀ ਦੋਸਤੋ ਅਸੀਂ ਤੁਹਾਡੀ ਇੱਥੇ ਜ਼ਰੂਰ ਰਾਏ ਚਾਨਣਾ ਚਾਹਾਂਗੇ ਕਿ ਤੁਹਾਡੇ ਕੀ ਵਿਚਾਰ ਨੇ ਦੀਪ ਸਿੱਧੂ ਬਾਰੇ, ਕਿਸਾਨ ਅੰਦੋਲਨ ਬਾਰੇ, ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਅਤੇ ਦੋਸਤੋ ਗਾਣੇ ਇੰਟਰਟੇਨਮੈਂਟ ਇਹ ਇੱਕ ਸਾਈਡ 'ਤੇ ਰਹਿ ਗਿਆ, ਪੰਜਾਬੀ ਸਿੰਗਰ ਚਲੋ ਹੁਣ ਗਾਣੇ ਰਿਲੀਜ਼ ਕਰਨ ਲੱਗ ਗਏ ਹਨ। ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਵੀ ਜੁੜਿਆ ਹੈ ਪੰਜਾਬੀ ਸਿੰਗਰਾਂ ਦੇ ਨਾਲ। ਅਤੇ ਦੋਸਤੋ ਪੰਜਾਬੀ ਸਿੰਗਰ ਜਿਵੇਂ ਕਿ ਪਹਿਲਾਂ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਦੇਣ ਲਈ ਜਾਂਦੇ ਰਹਿੰਦੇ ਸਨ, ਉੱਦਾਂ ਹੀ ਹੁਣ ਇੱਕ ਵਾਰ ਫਿਰ ਜਾਣ ਦੀ ਲੋੜ ਹੈ, ਕਿਉਂਕਿ ਦੋਸਤੋ ਸਰਕਾਰ ਕੁਝ ਕੁ ਗੁੱਝੇ ਭੇਦ ਅਪਣਾ ਰਹੀ ਹੈ, ਕਿਸਾਨ ਅੰਦੋਲਨ ਨੂੰ ਖਤਮ ਕਰਨ ਬਾਰੇ ਸੋਚ ਰਹੀ ਹੈ। ਇਹ ਬਰਕਰਾਰ ਦੋ ਹੀ ਚੀਜ਼ਾਂ ਨਾਲ ਰਹਿੰਦੇ ਹਨ, ਕਿਸਾਨ ਆਗੂ ਜਿਹੜੇ ਕਿ ਇਸ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਹਨ, ਅਤੇ ਜਿਨ੍ਹਾਂ ਮਗਰ ਨੌਜਵਾਨ ਹੈ ਦੀਪ ਸਿੱਧੂ, ਲੱਖਾ ਸਦਾਣਾ ਦੇ ਪੰਜਾਬੀ ਸਿੰਗਰ। ਜੇਕਰ ਉਹ ਪਹਿਲਾਂ ਵਾਂਗੂ ਹੀ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਦੇਣ ਲਈ ਜਾਂਦੇ ਰਹੇ ਤਾਂ ਕਿਸਾਨ ਅੰਦੋਲਨ ਆਪਣਾ ਲੰਬਾ ਚੱਲ ਸਕਦਾ ਹੈ। ਅਤੇ ਦੋਸਤੋ ਇਸ ਬਾਰੇ ਵੀ ਅਸੀਂ ਤੁਹਾਡੀ ਰਾਏ ਜ਼ਰੂਰ ਜਾਣਨਾ ਚਾਹਾਂਗੇ। ਅਤੇ ਦੋਸਤੋ ਜੇਕਰ ਤੁਸੀਂ ਵੀ ਆਪਣੀ ਕੋਈ ਵੀਡੀਓ ਜਾਂ ਨਿਊਜ਼ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਇੰਸਟਾਗ੍ਰਾਮ ਅਕਾਊਂਟ 'ਤੇ ਭੇਜ ਸਕਦੇ ਹੋ, ਅਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।